ਪੰਜਾਬ ਸੰਮਤੀ ਚੋਣਾਂ ਵਿੱਚ ਔਰਤਾਂ ਦੀ 50% ਨੁਮਾਇੰਦਗੀ ਨੇ, ਜਿੱਥੇ ਔਰਤਾਂ ਵਿੱਚ ਨਵੀਂ ਲੀਡਰਸ਼ਿਪ ਕਪੈਸਿਟੀ ਨੂੰ ਵਧਾਉਣ ਦਾ ਵੀ ਇੱਕ ਬਹੁਤ ਵੱਡਾ ਕਾਰਜ ਹੋਏਗਾ। ਉੱਥੇ ਨਾਲ ਹੀ ਬਹੁਤ ਸਾਰੀਆਂ ਅਜਿਹੀਆਂ ਘਰੇਲੂ ਔਰਤਾਂ ਵੀ ਹੁਣ ਰਾਜਨੀਤੀ ਵਿੱਚ ਕੁੱਦ ਰਹੀਆਂ ਨੇ, ਜਿਨ੍ਹਾਂ ਦੇ ਮਨ ਵਿੱਚ ਕਦੇ ਤਮੰਨਾ ਤਾਂ ਸੀ ਪਰ ਇਹ ਅਜਿਹਾ ਅਵਸਰ ਨਹੀਂ ਸੀ ਮਿਲਿਆ। ਔਰ ਅੱਜ ਜਦੋਂ ਕਿ ਬਲਾਕ ਸੰਮਤੀ ਚੋਣਾਂ ਦੇ ਲਈ ਅੱਜ ਨਾਮਜ਼ਦਗੀਆਂ ਦੀ ਆਖਰੀ ਤਰੀਕ ਸੀ, ਅੱਜ ਪਲਾਈ ਜੋਨ 9 ਤੋਂ ਅੱਜ ਸਾਡੇ ਵਿਚਕਾਰ ਨੇ ਅਕਾਲੀ ਭਾਜਪਾ ਗੱਠਜੋੜ ਦੀ ਸਾਂਝੀ ਉਮੀਦਵਾਰ ਔਰ ਇਸ ਇਲਾਕੇ ਦੇ ਵਿੱਚ ਜਿਹਨਾਂ ਦਾ ਬਹੁਤ ਵੱਡਾ ਦੇਣ ਹੈ, ਸਰਦਾਰਨੀ ਰਣਜੀਤ ਕੌਰ ਖਾਠੀ ਜੀ। ਔਰ ਜੇ ਅਸੀਂ ਇਹਨਾਂ ਦੇ ਪਰਿਵਾਰਕ ਵਿਰਸੇ ਦੀ ਗੱਲ ਕਰੀਏ ਤਾਂ ਇੱਕ ਅਜਿਹਾ ਵਿਰਾਸਤ ਹੈ ਉਹਨਾਂ ਦੀ, ਰਾਜਨੀਤਿਕ ਬਹੁਤ ਵੱਡਾ ਕੱਦ ਹੈ। ਜੇ ਉਹਨਾਂ ਦੇ ਨਾਨਕੇ ਪਰਿਵਾਰ ਦੀ ਗੱਲ ਕਰੀਏ ਤੇ ਸਾਰਿਆਂ ਨੂੰ ਯਾਦ ਹੋਏਗਾ ਸਰਦਾਰ ਗੁਰਮੇਜ ਸਿੰਘ ਬੋਪਾ ਰਾਏ ਜੀ, ਜਿਹੜੇ ਕਿ 3 ਵਾਰ ਵਿਧਾਨ ਸਭਾ ਲਈ ਚੁਣੇ ਗਏ ਬਟਾਲਾ ਹਲਕੇ ਤੋਂ, ਔਰ ਉਸ ਤੋਂ ਬਾਅਦ ਉਹਨਾਂ ਦੇ ਮਾਮਾ ਜੀ ਸਰਦਾਰ ਕੁਲਵੰਤ ਸਿੰਘ ਜੀ ਬੋਪਾ ਰਾਏ ਉਹ ਵੀ MLA ਰਹੇ। ਔਰ ਜਦੋਂ ਉਹਨਾਂ ਦਾ ਵਿਆਹ ਹੋਇਆ ਖਾਟੀ ਦੇ ਵਿੱਚ, ਇੱਕ ਅਜਿਹੇ ਪਰਿਵਾਰ ਦੇ ਵਿੱਚ ਉਹਨਾਂ ਦਾ ਵਿਆਹ ਹੋਇਆ ਜਿਨ੍ਹਾਂ ਦਾ ਹਲਕੇ ਦੇ ਵਿੱਚ ਬਹੁਤ ਵੱਡਾ ਰਸੂਖ ਸੀ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਉਹਨਾਂ ਦੇ ਸਹੁਰਾ ਸਾਹਿਬ ਸਰਦਾਰ ਸਰਵਨ ਸਿੰਘ ਜੀ, ਜਿਹਨਾਂ ਨੂੰ ਪਿਆਰ ਨਾਲ ਸੇਠ ਜੀ ਵੀ ਕਿਹਾ ਜਾਂਦਾ ਸੀ, ਔਰ ਉਹਨਾਂ ਦੇ ਪਤੀ ਸਵਰਗਵਾਸੀ ਸਰਦਾਰ ਕੁਲਦੀਪ ਸਿੰਘ ਜੀ ਸਲ, ਜਿਹੜੇ ਕਿ ਹਮੇਸ਼ਾ ਹੀ ਇੱਕ ਅਗਾਂਹਵਧੂ ਲੀਡਰ ਦੇ ਤੌਰ ਤੇ ਪਿੰਡ ਖਾਟੀ ਵਿੱਚ ਵਿਚਰਦੇ ਰਹੇ ਨੇ, ਔਰ ਅੱਜ ਸਾਡੇ ਵਿਚਕਾਰ ਹਨ ਉਹਨਾਂ ਦੀ ਵਿਰਾਸਤ ਨੂੰ ਅੱਗੇ ਵਧਾਉਂਦਿਆਂ ਹੋਇਆ ਸਰਦਾਰਨੀ ਰਣਜੀਤ ਕੌਰ, ਤੁਹਾਡਾ ਬਹੁਤ ਬਹੁਤ ਸਵਾਗਤ। ਹਾਂ, ਕਿਸ ਤਰ੍ਹਾਂ ਦਾ ਲੱਗ ਰਿਹਾ ਹੈ, ਇੱਕ ਅਸੀਂ ਹੁਣੇ ਪਰਿਵਾਰਕ ਪਿਛੋਕੜ ਦੀ ਗੱਲ ਕੀਤੀ, ਇੱਕ ਬਹੁਤ ਵੱਡਾ ਪਿਛੋਕੜ ਹੈ ਤੁਹਾਡਾ, ਤੇ ਹੁਣ ਜਦੋਂ ਤੁਸੀਂ ਰਾਜਨੀਤਿਕ ਵਿੱਚ ਕੁੱਦ ਰਹੇ ਹੋ ਤਾਂ ਕੀ ਤੁਹਾਡਾ ਮਕਸਦ ਆ? ਦੇਖੋ, ਜੇ ਨਾਨਕਾ ਪਰਿਵਾਰ ਦੀ ਗੱਲ ਕਰਦੀ, ਉਹ ਤਾਂ ਸੀਗਾ ਹੀ ਰਾਜਨੀਤੀ ਚ, ਤੇ ਅੱਗਿਓਂ ਦਾਦਕਾ ਪਰਿਵਾਰ, ਮੇਰੇ ਦਾਦਾ ਜੀ 15 ਸਾਲ 3 ਪਿੰਡਾਂ ਦੇ ਸਰਪੰਚ ਰਹੇ ਸੀਗੇ, ਇੱਕ ਕਹਿ ਲਓ ਇੱਕ ਖੂਨ ਦੇ ਵਿੱਚ ਇੱਕ ਸੀਗਾ, ਤੇ ਜੇ ਹੁਣ ਮੈਨੂੰ ਇਹਨਾਂ ਨੇ ਦਿਹਾਤੀ ਪ੍ਰਧਾਨ ਬਣਾਇਆ ਅਕਾਲੀ ਦਲ ਨੇ, ਇਹਨਾਂ ਨੇ ਕੁਲਾਰ ਸਾਹਿਬ ਨੇ, ਤੇ ਮੈਂ ਉਹ ਵੀ ਅੱਗੇ। ਦੇਖਿਆ ਜਾਵੇ ਤਾਂ ਨੌਜਵਾਨਾਂ ਵਿੱਚ ਨਸ਼ਿਆਂ ਦਾ ਰੁਝਾਨ ਬਹੁਤ ਆ, ਔਰ ਤੁਸੀਂ ਖੇਡਾਂ ਨੂੰ ਪ੍ਰਮੋਟ ਕਰਦੇ ਹੋ, ਟੂਰਨਾਮੈਂਟਾਂ ਵਿੱਚ ਨੌਜਵਾਨਾਂ ਦੀ ਵੀ ਮਦਦ ਕਰਦੇ ਹੋ, ਤੁਹਾਨੂੰ ਕੀ ਲੱਗਦਾ ਜਿਹੜਾ ਅੱਜ ਦਾ ਨੌਜਵਾਨ ਔਰ ਖਾਸ ਤੌਰ ਤੇ ਜੇ ਔਰਤਾਂ ਜਿਹੜੀਆਂ ਸਮਾਜ ਲਈ ਕਿੱਡੀ ਵੱਡੀ ਭੂਮਿਕਾ ਨਿਭਾ ਸਕਦੀ? ਦੇਖੋ, ਔਰਤਾਂ ਦੀ ਭੂਮਿਕਾ ਤਾਂ ਸਮਾਜ ਵਿੱਚ ਬਹੁਤ ਜ਼ਿਆਦਾ ਹੈ, ਪਹਿਲਾਂ ਤੋਂ ਹੀ ਗੱਲ ਚੱਲ ਰਹੀ ਕਿ ਔਰਤਾਂ ਨੂੰ 33% ਰਿਜ਼ਰਵੇਸ਼ਨ ਦਿੱਤੀ ਜਾਏ, ਔਰ ਕਈ ਇਹਦੇ ਨਾਲ ਸਹਿਮਤ ਹੈ, ਕਈ ਨਹੀਂ ਸਹਿਮਤ ਆ, ਪਰ ਮੈਂ ਇੱਕ ਗੱਲ ਕਹਾਂਗੀ, ਜੇ ਫਗਵਾੜਾ ਚੋਣ ਤੋਂ ਹੁਣ 50% ਲੇਡੀਜ਼ ਨੂੰ ਸੀਟਾਂ ਮਿਲੀਆਂ ਨੇ, ਇਹ ਬਹੁਤ ਪਹਿਲਾਂ ਸ਼ਾਇਦ ਮੈਂ ਕਹਿੰਦੀ ਹਾਂ ਮੌਕਾ ਹੋਏਗਾ ਜਿਹਨੇ ਲੇਡੀਜ਼ ਨੂੰ ਇੰਨੀਆਂ ਸੀਟਾਂ ਮਿਲੀਆਂ। ਔਰ ਅਸੀਂ ਜੇ ਔਰਤ ਪੜ ਜਾਵੇ ਤਾਂ ਸਾਰਾ ਪਰਿਵਾਰ ਪੜ ਜਾਂਦਾ, ਪਰ ਅੱਜ ਜੇ ਔਰਤ ਰਾਜਨੀਤੀ ਵਿੱਚ ਆਵੇ ਤਾਂ ਬਹੁਤ ਵੱਡਾ ਇੱਕ ਸਮਾਜ ਦਾ ਸੁਧਾਰਕ ਉਹ ਕਰ ਸਕਦੀ। ਉਹੀ ਗੱਲ ਮੈਂ ਕਹਿਣਾ ਚਾਹਾਂਗੀ ਤੁਹਾਡੀ, ਜੇ ਆਪਾਂ ਕਹੀਏ ਨਾ 50 ਕਿਲੋ ਆਟੇ ਦਾ ਬੋਰਾ ਆ, ਉਹਦੇ ਵਿੱਚ 1 ਕਿਲੋ ਨਮਕ ਪਾ ਦਿਓ ਨਾ ਤਾਂ ਉਹ ਆਪਣਾ ਟੇਸਟ ਦੇ ਦਿੰਦਾ। ਇਹੀ ਗੱਲ ਲੇਡੀਜ਼ ਦੀ ਹੈ, ਜੇ ਤੁਸੀਂ ਲੇਡੀਜ਼ ਨੂੰ ਪ੍ਰਮੋਟ ਕਰੋਗੇ, ਜੇ ਇੱਕ ਜਨਾਨੀ ਪੜ੍ਹੀ ਲਿਖੀ ਘਰ ਨੂੰ ਚਲਾ ਸਕਦੀ ਆ, ਪੂਰੇ ਪਰਿਵਾਰ ਨੂੰ ਪੜ੍ਹਿਆ ਲਿਖਿਆ ਬਣਾ ਸਕਦੀ ਆ, ਤੇ ਰਾਜਨੀਤੀ ਵਿੱਚ ਆ ਕੇ ਵੀ ਉਹ ਬਹੁਤ ਕੁਝ ਕਰ ਸਕਦੀ ਹੈ, ਸਿਰਫ ਉਹਨੂੰ ਮੌਕੇ ਚਾਹੀਦੇ ਆ। ਜੇ ਸਾਨੂੰ ਮੌਕਾ ਮਿਲਦਾ ਤਾਂ ਅਸੀਂ ਇਸ ਸਮਾਜ ਨੂੰ ਗਾਂ ਤੋਰ ਸਕਦੇ ਹਾਂ। ਹਾਂ, ਬੱਚਿਆਂ ਨੂੰ ਖੇਡਾਂ 'ਚ ਪ੍ਰਮੋਟ ਕਰਨਾ ਚਾਹੀਦਾ। ਨਸ਼ੇ ਦੀ ਗੱਲ ਆ, ਪਾਰਟੀਆਂ ਇੱਕ ਦੂਜੇ 'ਤੇ ਇਲਜ਼ਾਮ ਦਿੰਦੀਆਂ ਉਹ ਕਰ ਰਿਹਾ, ਪਰ ਮੈਂ ਕਹਿੰਦੀ ਹਾਂ ਕੈਨੇਡਾ ਅਮੈਰੀਕਾ ਵਿੱਚ ਵੀ ਜਾਓ, ਉੱਥੇ ਵੀ ਬਹੁਤ ਨਸ਼ਾ ਹੈ। ਉੱਥੇ ਆਪਾਂ ਕਿਹਨੂੰ ਦੋਸ਼ ਦੇਵਾਂਗੇ? ਉੱਥੇ ਆਪਾਂ ਕਾਂਗਰਸ ਪਾਰਟੀ ਨੂੰ ਦਾਂਗੇ, ਅਕਾਲੀ ਪਾਰਟੀ ਨੂੰ ਦਾਂਗੇ, ਉੱਥੇ ਤਾਂ ਨਹੀਂ ਕੋਈ ਪਾਰਟੀ ਹੈ। ਸਾਡੇ ਜ਼ੋਨ 'ਚ ਕਿਹੜੇ ਕਿਹੜੇ ਪਿੰਡ ਆਉਂਦੇ ਨੇ? ਸਾਡੇ ਜ਼ੋਨ 'ਚ ਸਭ ਤੋਂ ਵੱਡਾ ਪਿੰਡ ਪਲਾਹੀ ਹੈ, ਔਰ ਅੱਜ ਤੱਕ ਪਲਾਹੀ ਤੋਂ ਬਾਹਰ ਕਦੀ ਸੀਟ ਨਹੀਂ ਗਈ, ਤੇ ਦੂਜੇ ਨੰਬਰ 'ਤੇ ਬਰਨਾ, ਤੀਸਰਾ ਨੰਬਰ ਖੁਰਮਪੁਰ, ਚੌਥਾ ਨੰਬਰ ਖਾਟੀ, ਚਾਰ ਪਿੰਡ ਆ ਰਹੇ ਹਨ। ਔਰ ਕਿਹੜਾ ਖਾਸ ਮੁੱਦੇ ਲੈ ਕੇ ਤੁਸੀਂ ਇਹਨਾਂ ਪਿੰਡਾਂ ਵਿੱਚ ਜਾਓਗੇ? ਦੇਖੋ, ਅਕਾਲੀ ਭਾਜਪਾ ਵੱਲੋਂ ਕਿਹੜੇ ਖਾਸ ਮੁੱਦੇ ਆ ਜਿਹੜੇ ਤੁਸੀਂ ਵੋਟਰਾਂ ਨੂੰ ਦੱਸੋਗੇ? ਅਕਾਲੀ ਭਾਜਪਾ ਨੇ, ਦੇਖੋ, ਆਪਾਂ ਸੋਮ ਪ੍ਰਕਾਸ਼ ਜੀ ਨੂੰ ਜਿਤਾਇਆ,
ਔਰ ਉਹਨਾਂ ਦੇ ਆਪਾਂ ਕੰਮਾਂ ਨੂੰ ਸ਼ਲਾਘਾ ਦਿੱਤੀ ਹੈ ਜੀ। ਉਹਨਾਂ ਨੇ ਕੰਮ ਫਗਵਾੜੇ ਦੇ ਵਿੱਚ ਜੇ ਆਪਾਂ ਲੈਂਦੇ ਹਾਂ ਤਾਂ ਬਹੁਤ ਉਹਨਾਂ ਨੇ ਕੰਮ ਕੀਤੇ ਆ, ਪਿੰਡਾਂ ਨੂੰ ਬਹੁਤ ਗ੍ਰਾਂਟਾਂ ਮਿਲੀਆਂ। ਖੁਦ ਜਦੋਂ ਇੱਥੇ ਮੀਟਿੰਗ ਹੁੰਦੀ ਰਹੀ ਮੇਰੇ ਹੱਥੀ ਸਾਡੇ ਪਿੰਡ ਨੂੰ ਗ੍ਰਾਂਟਾਂ ਮਿਲੀਆਂ, ਖੁਰਮਪੁਰ ਨੂੰ ਮਿਲੀਆਂ, ਕਿਉਂ ਉਦੋਂ ਮੀਟਿੰਗ ਸਾਡੇ ਘਰ ਸੀ ਮੈਨੂੰ ਯਾਦ ਹੈ, ਉਹਨਾਂ ਨੇ ਜਦੋਂ ਚੈੱਕ ਦਿੱਤੇ ਆ ਤੇ ਜਦੋਂ ਉਹਨਾਂ ਦੇ ਇਹਨਾਂ ਕੰਮਾਂ ਨੂੰ ਆਪਾਂ ਸ਼ਲਾਘਾ ਦਿੱਤੀ ਹੈ ਤੇ ਉਹਨਾਂ ਨੂੰ ਆਪਾਂ ਦੂਜੀ ਵਾਰ ਜਿਤਾਇਆ, ਤੇ ਉਹ ਜੇ ਇਸ ਵਾਰ ਵੀ ਉਹਨਾਂ ਦੀ ਪਾਰਟੀ ਦੇ ਬੰਦੇ ਜਿੱਤੂਗੇ ਤੇ ਮੈਂ ਨੀ ਸਮਝਦੀ ਵੀ ਉਹ ਪਿੰਡਾਂ ਨੂੰ ਯੋਗਦਾਨ ਦੇਣ ਚ ਪਿੱਛੇ ਰਹਿਣਗੇ। ਰਾਜਨੀਤੀ ਵਿੱਚ ਹੁਣ ਔਰਤਾਂ ਖੁੱਲ ਕੇ ਆ ਰਹੀਆਂ, ਤੁਹਾਨੂੰ ਕੀ ਲੱਗਦਾ ਇਹਦੇ ਨਾਲ ਕਿਹੜੀ ਸਮਾਜਿਕ ਤਬਦੀਲੀ ਕਿਸ ਤਰ੍ਹਾਂ ਦੀ ਆਏਗੀ ਖਾਸ ਤੌਰ ਤੇ? ਦੇਖੋ ਸਮਾਜਿਕ ਤਬਦੀਲੀ ਤਾਂ ਦੇਖੋ ਸਮਾਜ ਦੇ ਵਿੱਚ ਬਹੁਤ ਕੁਰੀਤੀਆਂ ਨੇ, ਔਰਤ ਜਾਗਰਿਤ ਹੋਊਗੀ ਕਹਿੰਦੇ ਨੀ, ਜੇ ਇੱਕ ਜਣਾ ਜਾਗਰੂਕ ਹੋ ਜਾਵੇ ਨਾ ਤੇ ਮੈਂ ਕਹਿੰਦੀ ਇੱਕ ਔਰਤ ਦੇ ਜਾਗਰੂਕ ਹੋਣ ਨਾਲ ਪੂਰਾ ਮਹੱਲਾ ਹੀ ਜਾਗਰੂਕ ਹੋ ਜਾਊਗਾ ਤੇ ਉਹਦੇ ਨਾਲ ਹੀ ਆਪਣਾ ਪਿੰਡ ਹੋਊਗਾ, ਨਾਲ ਹੀ ਸਮਾਜ ਹੋਊਗਾ। ਇਹ ਬਹੁਤ ਬਹੁਤ ਮੈਂ ਕਹਿੰਦੀ ਇੱਕ ਸ਼ਲਾਘਾ ਯੋਗ ਕਦਮ ਆ, ਔਰ ਲੇਡੀਜ਼ ਦੇ ਵਿੱਚ ਪਾਵਰ ਕਾਫੀ ਆ, ਕਾਫੀ ਕੁਛ ਕਰ ਸਕਦੇ। ਲਿਖਦੇ ਵੀ ਬਹੁਤ ਆ, ਔਰ ਮੈਂ ਸੋਚਿਆ ਉਹ ਸੁਣਿਆ ਵੀ ਲਿਖਦੇ ਹੋ ਪਰ ਕਿਤੇ ਉਹਨੂੰ ਭੇਜਦੇ ਨੀ, ਲਿਖਦੇ ਰਹਿੰਦੇ ਹੋ, ਤੇ ਜਿਹੜਾ ਇਹ ਐਜ਼ ਏ ਲੇਖਕ ਹੈਗਾ ਉਹ ਕਿੰਨਾ ਕੁ ਜੁੜਦਾ ਆ ਸਮਾਜ ਦੇ ਨਾਲ ਖਾਸ ਤੌਰ ਤੇ, ਕਿਉਂਕਿ ਉਹ ਸਾਰੇ ਦਰਦ ਨੂੰ ਮਹਿਸੂਸ ਕਰਦਾ ਫਿਰ ਉਸ ਦਰਦ ਨੂੰ ਕਲਮ ਦੇ ਰਾਹੀਂ ਬਿਆਨ ਕਰਦਾ? ਦੇਖੋ ਇਹ ਜਿਹੜਾ ਇੱਕ ਲੇਖਕ ਹੁੰਦਾ ਨਾ ਉਹ ਸਾਰੀਆਂ ਚੀਜ਼ਾਂ ਅਨੁਭਵ ਕਰਕੇ ਉਹ ਦਿਲੋਂ ਬਹੁਤ ਸੈਂਸਿਟਿਵ ਹੁੰਦਾ ਜੀ। ਜਿਸ ਤਰ੍ਹਾਂ ਤੁਸੀਂ ਮੈਨੂੰ ਨਸ਼ਿਆਂ ਦੀ ਗੱਲ ਕੀਤੀ ਹੈ ਤੇ ਮੈਂ ਤੁਹਾਨੂੰ ਚੰਦ ਲਾਈਨਾਂ ਆਪਣੀਆਂ ਲਿਖੀਆਂ ਕਹਿਣਾ ਚਾਹਾਂਗੀ। ਹਾਂਜੀ। ਇੱਕ ਲੂਣਾ ਸੀ ਜਿਸ ਇਸ਼ਕ ਦੀ ਖਾਤਰ ਕੀ ਕਹਿਰ ਕਮਾਇਆ, ਪੂਰਨ ਵਰਗਾ ਪੁੱਤਰ ਮਾਂ ਤੋਂ ਜੁਦਾ ਕਰਾ ਖੂਹ ਚ ਸਟਵਾਇਆ, ਅੱਜ ਘਰ ਘਰ ਲੂਣਾ ਜੰਮਦੀਆਂ ਥਾਂ ਥਾਂ ਤੇ ਸਲਵਾਨ, ਅੱਜ ਪੂਰਨ ਅਰਗੇ ਪੁੱਤਰਾਂ ਨੂੰ ਤਰਸੇ ਸਾਰਾ ਜਹਾਨ। ਬਹੁਤ ਅੱਛੇ ਜੀ, ਬਹੁਤ ਅੱਛੇ, ਬਹੁਤ ਅੱਛੀ ਕਲਮ ਤੁਹਾਡੀ ਹੈ, ਔਰ ਅਸੀਂ ਆਸ ਕਰਦੇ ਹਾਂ ਇਹ ਜਿਹੜੀ ਕਲਮ ਹੈ ਤੁਹਾਡੀ, ਔਰ ਖਾਸ ਤੌਰ ਤੇ ਜਦੋਂ ਤੁਹਾਡੇ ਕੋਲ ਇੱਕ ਤਾਕਤ ਆਣੀ ਹੈ ਰਾਜਨੀਤੀ ਦੀ, ਤੇ ਇਹ ਕਲਮ ਔਰ ਰਾਜਨੀਤੀ ਜੇ ਮਿਲ ਜਾਵੇ ਤਾਂ ਬਹੁਤ ਵੱਡਾ ਜਿਹੜਾ ਸਮਾਜ ਦਾ ਇੱਕ ਸੁਧਾਰ ਹੋ ਸਕਦਾ ਹੈ। ਅਸੀਂ ਤਮੰਨਾ ਕਰਦੇ ਹਾਂ ਕਿ ਇਹਨਾਂ ਇਲੈਕਸ਼ਨਾਂ ਦੇ ਵਿੱਚ ਤੁਸੀਂ ਬਹੁਤ ਵੱਡੀ ਕਾਰਜਕਾਰੀ ਦਿਖਾਓਗੇ। ਕੀ ਅਪੀਲ ਕਰਨਾ ਚਾਹੋਗੇ ਆਪਣੇ ਵੋਟਰਾਂ ਨੂੰ? ਮੈਂ ਇਹੀ ਕਹਾਂਗੀ ਵੀ ਤੁਸੀਂ ਦੇਖੋ ਇਸ ਪਰਿਵਾਰ ਦੇ ਪਿਛੋਕੜ ਨੂੰ ਜਾਣਦੇ ਹੋ, ਔਰ ਸਾਡਾ ਪੂਰਾ ਪਰਿਵਾਰ ਲੋਕਾਂ ਦੇ ਵਿੱਚ ਵਿਚਰ ਰਿਹਾ ਹੈ, ਅੱਜ ਤੱਕ ਕਦੀ ਵੀ ਕਿਸੇ ਨੇ ਕਿਸੇ ਦਾ ਮਾੜਾ ਨਹੀਂ ਸੋਚਿਆ। ਮੈਂ ਇਸੇ ਚੰਗੀ ਸੋਚ ਨੂੰ ਲੈ ਕੇ ਅੱਗੇ ਆਪਣੇ ਪਰਿਵਾਰ ਨੂੰ ਅੱਗੇ ਵਧਾਉਣਾ ਚਾਹਾਂਗੀ, ਔਰ ਵੋਟਰਾਂ ਨੂੰ ਅਪੀਲ ਕਰਾਂਗੀ ਤੁਸੀਂ ਸੱਚਾਈ ਨੂੰ ਔਰ ਅਛਾਈ ਨੂੰ ਵੋਟ ਪਾਓ। ਤੇ ਜੇ ਲੇਡੀਜ਼ ਕਹਿੰਦੀਆਂ ਵੀ ਹਾਂ ਲੀਡਰ ਬਣ ਜਾਂਦੇ ਆ ਬਾਅਦ ਵਿੱਚ ਕੋਈ ਪੁੱਛਦਾ ਨਹੀਂ, ਪਰ ਮੈਂ ਉਹਨਾਂ ਨੂੰ ਕਹੂੰਗੀ ਟਾਈਮ ਤੁਸੀਂ ਦਿਓ, ਥਾਂ ਤੁਸੀਂ ਦਿਓ, ਮੈਨੂੰ ਦੱਸੋ ਮੈਂ ਕਿਹੜੇ ਦਿਨ ਤੁਹਾਡੇ ਕੋਲ ਪਹੁੰਚਾਂ। ਮੈਂ ਹਰ ਪਿੰਡ ਵਿੱਚ ਜਾ ਕੇ ਜਦੋਂ ਵੀ ਮੈਨੂੰ ਕੋਈ ਬੁਲਾਊਗੇ ਉਹਨਾਂ ਦੀਆਂ ਸਮੱਸਿਆਵਾਂ ਸੁਣਾਂਗੀ ਤੇ ਉਹਨਾਂ ਨੂੰ ਅੱਗੇ ਵੱਡੇ ਨੇਤਾ ਤੱਕ ਲੈ ਕੇ ਜਾਊਂਗੇ। ਇਹ ਸਨ ਰਣਜੀਤ ਕੌਰ ਖਾਟੀ, ਬਹੁਤ ਵੱਡੇ ਅਗਾਂਹ ਵਧੂ ਵਿਚਾਰ ਨੇ, ਬਹੁਤ ਸਾਰੇ ਜਜ਼ਬੇ ਆ ਉਹਨਾਂ ਦੇ, ਬਹੁਤ ਸਾਰੇ ਜਜ਼ਬਾਤ ਨੇ, ਔਰ ਬਹੁਤ ਸਾਰੇ ਕਰਨ ਦੀ ਉਹਨਾਂ ਦੇ ਮਨ ਵਿੱਚ ਤਮੰਨਾ ਹੈ, ਔਰ ਅਸੀਂ ਆਸ ਕਰਦੇ ਹਾਂ ਕਿ ਇਹੋ ਜਿਹੇ ਲੀਡਰ ਜਿਹੜੇ ਆ ਆਉਣ ਵਾਲੇ ਸਮੇਂ ਵਿੱਚ ਰਾਜਨੀਤੀ ਵਿੱਚ ਆਉਣ ਤੇ ਰਾਜਨੀਤੀ ਵਿੱਚ ਇੱਕ ਸਮਾਜਿਕ ਤਬਦੀਲੀ ਜਿਹੜੀ ਬਹੁਤ ਸਾਲ ਤੋਂ ਆਮ ਵਰਗ ਚਾਹੁੰਦਾ ਹੈ ਉਹ ਵੀ ਹੋਏਗੀ। ਰਣਜੀਤ ਕੌਰ ਜੀ ਤੁਸੀਂ ਸਟੂਡੀਓ ਵਿੱਚ ਸਾਡੇ ਨਾਲ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਤੁਹਾਡਾ ਬਹੁਤ ਬਹੁਤ, ਔਰ ਤੁਸੀਂ ਮੈਨੂੰ ਮੌਕਾ ਦਿੱਤਾ। ਸਤਿ ਸ਼੍ਰੀ ਅਕਾਲ ਸਾਰੇ, ਮੈਂ ਵੋਟਰਾਂ ਨੂੰ ਅਪੀਲ ਕਰਾਂਗੀ ਕਿ ਉਹ ਵੱਧ ਤੋਂ ਵੱਧ ਵੋਟਾਂ ਪਾ ਕੇ ਅਕਾਲੀ ਭਾਜਪਾ ਨੂੰ ਜਿਤਾਉਣ ਔਰ ਇਹ ਸੀਟ ਕੱਢਣ, ਕਿਉਂ ਪਹਿਲਾ ਮੌਕਾ ਹੈ ਮੇਰਾ, ਪਹਿਲੀਆਂ ਚੋਣਾਂ ਹੈ, ਔਰ ਮੈਂ ਆਸ ਕਰਦੀ ਹਾਂ ਕਿ ਲੋਕੀ ਵੱਧ ਚੜ ਕੇ ਇਹਨਾਂ ਚੋਣਾਂ 'ਚ ਹਿੱਸਾ ਲੈਣਗੇ, ਔਰ ਖਾਸ ਕਰ ਲੇਡੀਜ਼ ਉਹਨਾਂ ਨੂੰ ਅਪੀਲ ਕਰਾਂਗੀ ਕਿ ਔਰਤ ਨੂੰ ਜਿਤਾਉਣ 'ਚ ਉਹਨਾਂ ਦਾ ਬਹੁਤ ਵੱਡਾ ਹੱਥ ਹੋਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।